ਹੁਣ ਚਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਹਲਕਾ ਨਕੋਦਰ ਦਾ ਬਹੁਤ ਨਾਮਵਰ ਪਿੰਡ ਸੈਣੀਵਾਲ ਭਾਜੀ ਬਲਕਾਰ ਬਲਜਾਰ ਬਲਰਾਜ ਸਿੰਘ ਉਹਨਾਂ ਦੇ ਗ੍ਰਹਿ ਵਿਖੇ ਆਏ ਹਾਂ ਅਤੇ ਸਾਨੂੰ ਜਥੇਬੰਦੀ ਨੂੰ ਬਹੁਤ ਵੱਡਾ ਬਲ ਮਿਲਿਆ ਜਿੱਥੇ ਇਹਨਾਂ ਨੇ ਰਾਜੇਵਾਲ ਸਾਹਿਬ ਦੇ ਨਾਲ ਤਾਲਮੇਲ ਕਰਕੇ ਭਾਜੀ ਬੂਟਾ ਸਿੰਘ ਉਹਨਾਂ ਨਾਲ ਤਾਲਮੇਲ ਕਰਕੇ ਅਤੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਇੱਥੇ ਘਰ ਬੁਲਾ ਕੇ ਅਤੇ ਇਹਨਾਂ ਨੇ ਰਾਜੇਵਾਲ ਦੀਆਂ ਪੋਲਸੀਆਂ ਨੂੰ ਸਮਝਦੇ ਹੋਏ ਕਿਹਾ ਵੀ ਅਸੀਂ ਤੁਹਾਡੀ ਜਥੇਬੰਦੀ ਦੇ ਨਾਲ ਤਕੜੇ ਹੋ ਕੇ ਅਸੀਂ ਸਪੋਰਟ ਕਰਦੇ ਹਾਂ ਜਿਹੜੀ 13 ਤਰੀਕ ਨੂੰ ਦਿੱਲੀ ਨੂੰ ਜਾਣ ਚਾਲੇ ਪਾ ਰਹੇ ਹਾਂ ਅਤੇ 14 ਤਰੀਕ ਦੀ ਮਹਾਂਪੰਚਾਇਤ ਦਿੱਲੀ 'ਚ ਹੋਣ ਜਾ ਰਹੀ ਆ ਉਹਦੇ ਵਿੱਚ ਸਪੋਰਟ ਕਰਾਂਗੇ ਅਤੇ ਗਾਂਹ ਤੋਂ ਜਥੇਬੰਦੀ ਦੇ ਨਾਲ ਤਨ ਮਨ ਧਨ ਦੇ ਨਾਲ ਅੱਗੇ ਹੋ ਕੇ ਸੇਵਾ ਕਰਾਂਗੇ ਅਤੇ ਨਾਲ ਸਾਡੇ ਨੌਜਵਾਨ ਗੁਰਸਿਮਰਨ ਸਿੰਘ ਸਰਪੁਰੇ ਤੋਂ ਜਿਨ੍ਹਾਂ ਨੇ ਸਾਨੂੰ ਵੀ ਇਹੋ ਜਿਹਾ ਨੌਜਵਾਨਾਂ ਦੀ ਲੋੜ ਸੀ ਕਿਉਂਕਿ ਪੜ੍ਹੇ ਲਿਖੇ ਨੌਜਵਾਨ ਜਥੇਬੰਦੀਆਂ ਦੇ ਵਿੱਚ ਹੋਣੇ ਬੜੇ ਜ਼ਰੂਰੀ ਆ ਜਿਹੜਾ ਸਾਰਾ ਅੱਜ ਮੀਡੀਆ ਦਾ ਯੁੱਗ ਆ ਉਹਨੂੰ ਸਾਰਾ ਸਮਝ ਕੇ ਉਹਨਾਂ ਦਾ ਜਵਾਬ ਦੇਣਾ ਬੜੇ ਵਧੀਆ ਤਰੀਕੇ ਦੇ ਨਾਲ ਕਿਉਂਕਿ ਮੋਦੀ ਸਰਕਾਰ ਨੂੰ ਜੇ ਆਪਾਂ 3 ਕਾਲੇ ਕਾਨੂੰਨਾਂ 'ਚ ਹਰਾਇਆ ਤਾਂ ਹਰਾ ਸਕੇ ਹਾਂ ਕਿਉਂਕਿ ਰਾਜੇਵਾਲ ਸਾਹਿਬ ਨੇ ਜਦੋਂ 3ਜੀ ਮੀਟਿੰਗ ਦੇ ਵਿੱਚ ਮੰਤਰੀ ਜਿਹੜੇ ਬੈਠੇ ਸੀ ਉਹਨਾਂ ਦੇ ਵਿੱਚੋਂ ਜਿਹੜੇ ਕਾਲੇ ਕਾਨੂੰਨਾਂ 18 ਗੱਲਾਂ ਇੱਦਾਂ ਦੀਆਂ ਕੱਢ ਕੇ ਮੂਹਰੇ ਰੱਖੀਆਂ ਵੀ ਜਿਹੜੀਆਂ ਬਿਲਕੁਲ ਗਲਤ ਸੀ ਅਤੇ ਉਹਨਾਂ ਨੂੰ ਉੱਥੇ ਸਰਕਾਰ ਨੂੰ ਮੰਨਣਾ ਪਿਆ ਤਾਂ ਉਹ ਕਾਲੇ ਕਾਨੂੰਨ ਵਾਪਸ ਹੋਏ ਆ ਜਿਨ੍ਹਾਂ ਦੇ ਜਵਾਬ ਦੇ ਕੇ ਸਰਕਾਰ ਨੂੰ ਹਰਾਇਆ ਸਾਨੂੰ ਇਹੋ ਜਿਹੇ ਨੌਜਵਾਨਾਂ ਦੀ ਲੋੜ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਵਕੀਲ ਸਾਹਿਬ ਨੇ ਸਾਡੇ ਭਾਜੀ ਹੋਣੀ ਸਾਰੇ ਬੜੇ ਫੌਜੀ ਸਾਹਿਬ ਹੋਣੀ ਬੜੇ ਸਤਿਕਾਰਯੋਗ ਨੇ ਸਾਨੂੰ ਇਸ ਇਲਾਕੇ ਦੇ ਵਿੱਚ ਬੜਾ ਵੱਡਾ ਬਲ ਮਿਲਿਆ ਅਤੇ ਮਹਾਰਾਜ ਚੜ੍ਹਦੀ ਕਲਾ ਕਰੂਗਾ ਇਹਨਾਂ ਤੋਂ ਆਸ ਵੀ ਇਹੀ ਰੱਖਦੇ ਹਾਂ ਵੀ ਅੱਗੇ ਹੋ ਕੇ ਜਥੇਬੰਦੀ ਨੂੰ ਚਲਾਉਣ ਵਿੱਚ ਆਪਣਾ ਮੋਹਰੀ ਰੋਲ ਅਦਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਗੁਰਸਿਮਰਨ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅਤੇ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਕਿਸਾਨ ਜਥੇਬੰਦੀ ਨਾਲ ਅਸੀਂ ਅੱਜ ਜੁੜ ਚੁੱਕੇ ਹਾਂ ਪ੍ਰਧਾਨ ਜੀ ਆਪ ਇੱਥੇ ਆਏ ਆ ਮੋਹਤਵਰ ਸ਼ਖਸੀਅਤਾਂ ਦੇ ਨਾਲ ਅਤੇ ਉਮੀਦ ਕਰਦੇ ਹਾਂ ਕਿ ਅਸੀਂ ਆਪਦੇ ਕਿੱਤੇ ਕਰਕੇ ਇਹਨਾਂ ਨਾਲ ਪੂਰਾ ਡਟ ਕੇ ਖੜਾਂਗੇ ਅੱਗੇ ਕੋਈ ਮਸਲਿਆਂ 'ਚ ਸਰਕਾਰ ਨਾਲ ਮੱਥੇ ਨਾਲ ਮੱਥਾ ਲਾਉਣਾ ਟਾਕਰੇ ਨਾਲ ਟਾਕਰਾ ਕਰਾਉਣਾ ਅਸੀਂ ਨਾਲ ਖੜ੍ਹੇ ਹਾਂ ਅਤੇ ਬਾਕੀ ਇਹਨਾਂ ਤੋਂ ਸੂਝ ਬੂਝ ਲੈ ਕੇ ਅੱਗੇ ਵਧਾਂਗੇ ਇਕੱਲੇ ਕਿਉਂਕਿ ਜੋਸ਼ ਨਾਲ ਵੀ ਗੱਲ ਨਹੀਂ ਬਣਦੀ ਹੁੰਦੀ ਸਿਆਣਿਆਂ ਦੀ ਰਾਏ ਨਾਲ ਹੀ ਅੱਗੇ ਚੱਲਣਾ ਅਤੇ ਉਮੀਦ ਕਰਦੇ ਹਾਂ ਅੱਗੇ ਸਫ਼ਰ ਵਧੀਆ ਰਹੂਗਾ ਜੀ ਬੂਟਾ ਭਾਜੀ ਬੋਲ ਦੇਣਾ ਮਿੰਟ ਇਹ ਨੌਜਵਾਨ ਜਿਹੜਾ ਸਾਡੇ ਨਾਲ ਅੱਜ ਅਤੇ ਸਾਡੇ ਚਾਚਾ ਜੀ ਜਿਹੜੇ ਆ ਇਹ ਚੌਧਰੀ ਪਰਿਵਾਰ ਦਾ ਕਾਫੀ ਵੱਡਾ ਪਰਿਵਾਰ ਆ ਆਲੋਵਾਲ ਢੇਰੀਆਂ ਛੈਣੀਵਾਲ ਸਰਕਪੁਰ ਅਤੇ ਸਾਨੂੰ ਇਹਦੇ ਤੋਂ ਬੜੀ ਉਮੀਦ ਆ ਨੌਜਵਾਨ ਤੋਂ ਸਾਨੂੰ ਵੱਡਾ ਹੰਗਾਰਾ ਮਿਲਿਆ ਇਹਦੇ ਜੋੜਨ ਦੇ ਨਾਲ ਅਤੇ ਸਾਨੂੰ ਕਾਫੀ ਬਲ ਮਿਲਿਆ ਅਤੇ ਬਾਕੀ ਕਾਫੀ ਇਹ ਪੜ੍ਹਿਆ ਲਿਖਿਆ ਨੌਜਵਾਨ ਵੀ ਆ ਅਤੇ ਇਸ ਕੰਮਾਂ ਦੇ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਦੀ ਬਹੁਤ ਮੂਹਰੇ ਆਉਣ ਦੀ ਲੋੜ ਆ ਅਤੇ ਚਾਚਾ ਜੀ ਨੇ ਵੀ ਵਿਸ਼ਵਾਸ ਦਵਾਇਆ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਅਤੇ ਅੱਜ ਸਾਡਾ ਪਰਿਵਾਰ ਵੱਡਾ ਹੋਇਆ ਅਤੇ ਸਾਨੂੰ ਬਹੁਤ ਖੁਸ਼ੀ ਆ ਅਤੇ ਇਹਨਾਂ ਨੂੰ ਜੀ ਆਇਆਂ ਦੀ ਦੋਨਾਂ ਮੈਂਬਰਾਂ ਨੂੰ ਸਾਡੇ ਨਾਲ ਜਿਹੜੇ ਅੱਜ ਜੁੜੇ ਆ ਪਹਿਲਾਂ ਤਾਂ ਧੰਨਵਾਦੀਆਂ ਸਾਰੇ ਸੱਜਣਾਂ ਦਾ ਕਿ ਜਿਹੜੇ ਸਾਡੇ ਇੱਥੇ ਭਰਾ ਹੋਣਾਂ ਦੇ ਗ੍ਰਹਿ ਵਿਖੇ ਪਹੁੰਚੇ
ਤੇ ਮੇਰੇ ਭਤੀਜੇ ਗੁਰਸਿਮਰਨ ਨੂੰ ਨਾਲ ਜੋੜਿਆ ਇਸ ਜਥੇਬੰਦੀ ਨੇ। ਇਹ ਗੱਲ ਸੱਚ ਆ ਕਿ ਵੀ ਜਥੇਬੰਦੀਆਂ ਨੂੰ ਜਿੱਥੇ ਜੋਸ਼ ਦੀ ਲੋੜ ਆ, ਹੋਸ਼ ਦੀ ਲੋੜ ਆ, ਉੱਥੇ ਸੂਝਵਾਨ ਬੱਚਿਆਂ ਦੀ ਵੀ ਲੋੜ ਹੈ ਜਿਹੜੇ ਅੱਜ ਦੇ ਯੁੱਗ ਨੂੰ ਸਮਝਦੇ ਨੇ ਕਿ ਡਿਜੀਟਲ ਇੰਡੀਆ ਬਣਾ ਲਓ ਚਾਹੇ ਕੁਛ ਕਰ ਲਓ, ਪਰ ਇਹਨਾਂ ਬੱਚਿਆਂ ਨੂੰ ਜਿੱਦਾਂ ਨੈੱਟ ਦੇ ਬਾਰੇ ਜਾਂ ਹੋਰ ਸਾਰੇ ਕਾਨੂੰਨਾਂ ਬਾਰੇ ਸਮਝ ਹੁੰਦੀ ਆ, ਉਹਦੇ ਵਿੱਚ ਸਾਡਾ ਬਹੁਤ ਵੱਡਾ ਸਾਥ ਦੇ ਸਕਦੇ ਆ। ਅਤੇ ਸਾਡੇ ਸਭ ਤੋਂ ਵੱਡੇ ਸਾਥੀ ਸਾਡੇ ਚਾਚਾ ਜੀ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਇੱਕ ਐਸਾ ਪਰਿਵਾਰ ਆ ਜਿਹੜਾ ਆਜ਼ਾਦੀ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਪੂਰੀ ਦੇਸ਼ ਦੀ ਤਰੱਕੀ ਦੇ ਵਿੱਚ ਇਹਨਾਂ ਨੇ ਆਪਣਾ ਯੋਗਦਾਨ ਪਾਇਆ। ਅਤੇ ਇਹਨਾਂ ਦੇ ਨਾਲ ਜੁੜ ਕੇ ਸਾਨੂੰ ਸਾਰਿਆਂ ਨੂੰ ਹੀ ਸਾਨੂੰ ਬਹੁਤ ਬਲ ਮਿਲਦਾ। ਤਾਂ ਅਸੀਂ ਪੂਰੇ ਤਨੋਂ ਮਨੋਂ ਤਨੋਂ ਕਹਿੰਦੇ ਹਾਂ ਕਿ ਜਥੇਬੰਦੀ ਦਾ ਸਾਥ ਦੇਵਾਂਗੇ। ਆੜਤੀਆ ਸਾਹਿਬ ਮੇਰੇ ਯਾਦਵਿੰਦਰ ਹੋਣੀ ਭਾਅ ਜੀ ਆ, ਇਹ ਸਾਰੇ ਹੀ ਸਾਥੀ ਜਿਹੜੇ ਸਾਡੇ ਨਾਲ ਜੁੜੇ ਆ, ਅਸੀਂ ਇਸ ਜਥੇਬੰਦੀ ਦੇ ਨਾਲ ਪੂਰਾ ਤਨੋਂ ਮਨੋਂ ਤੋਂ ਸਾਥ ਦੇਵਾਂਗੇ। ਧੰਨਵਾਦ।